ਨਮਸਕਾਰ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਸਪ੍ਰੀਤ ਸਿੰਘ। ਮੈਂ ਪ੍ਰਿੰਸਦੀਪ ਸਿੰਘ ਜੀ। ਮੈਂ ਜੋਤ ਕੌਰ। ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਉ, ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਹੁਣ ਆਪਾਂ ਵਿਜ਼ਿਟ ਕਰ ਰਹੇ ਹਾਂ ਜੈਪੁਰ ਦੀ ਇੱਕ ਨਵੀਂ ਡੈਸਟੀਨੇਸ਼ਨ, ਜਿਸ ਦਾ ਨਾਮ ਹੈ ਜੈਗੜ ਫੋਰਟ ਜੀ। ਆਪਾਂ ਇਸ ਨੂੰ ਪੂਰੀ ਦੇਖਾਂਗੇ, ਇਸਦੀ ਹਿਸਟਰੀ ਨੂੰ ਦੇਖਾਂਗੇ। ਇੱਥੇ ਇੱਕ ਦੁਨੀਆ ਦੀ ਸਭ ਤੋਂ ਵੱਡੀ ਤੋਪ ਪਈ ਹੈ ਜੀ, ਆਪਾਂ ਉਹਨੂੰ ਵੀ ਦੇਖਾਂਗੇ ਜੀ। ਉਹਦੇ ਕੀ ਖਾਸ ਹੈ ਆਪਾਂ ਦੇਖਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ, ਵੀਡੀਓ ਸਕਿਪ ਨਾ ਕਰਿਓ ਜੀ। ਆਓ ਚਲੀਏ ਜੀ ਜੈਗੜ ਫੋਰਟ ਨੂੰ ਵਿਜ਼ਿਟ ਕਰਦੇ ਹਾਂ ਜੀ। ਪ੍ਰਥਾ 317 ਸਾਲ ਪੁਰਾਣੀ ਹੈ ਅਤੇ ਅੱਜ ਵੀ ਚੱਲੀ ਆ ਰਹੀ ਹੈ। ਇਹ ਝੰਡਾ ਸਵੇਰੇ 6 ਵਜੇ ਲਗਾਇਆ ਜਾਂਦਾ ਜੀ ਅਤੇ ਸ਼ਾਮ ਨੂੰ 6 ਵਜੇ ਉਤਾਰ ਲਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਅਤੇ ਇਨਫੋਰਮੇਸ਼ਨ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਰਿਹੋ ਤਾਂ ਕਿ ਉਹਨਾਂ ਨੂੰ ਵੀ ਇਹ ਇਨਫੋਰਮੇਸ਼ਨ ਮਿਲ ਸਕੇ ਜੀ। ਜਦੋਂ ਵੀ ਸਿਪਾਹੀ ਆਪਣਾ ਐਂਕਰ ਜਾਂ ਆਪਣਾ ਰਸਤਾ ਇਸ ਜਗ੍ਹਾ ਉੱਪਰ ਸਿਰਦੇ ਸਨ ਤਾਂ ਉਹ ਇਸ ਜਗ੍ਹਾ ਉੱਪਰ ਆ ਕੇ ਫਸ ਜਾਂਦਾ ਸੀ। ਤਾਂ ਫਿਰ ਜਿਹੜੇ ਉੱਪਰ ਸਿਪਾਹੀ ਹੁੰਦੇ ਸਨ ਉਹ ਇੱਥੋਂ ਇਸ ਜਗ੍ਹਾ ਤੋਂ ਗਰਮ ਤੇਲ ਜਾਂ ਅਤੇ ਗਰਮ ਪਾਣੀ ਸਿੱਟਦੇ ਸਨ ਤਾਂ ਕਿ ਜਿਹੜਾ ਸੈਨਿਕ ਹੈ ਉਹ ਕਮਜ਼ੋਰ ਪੈ ਜਾਵੇ, ਉਹਦੇ ਹੱਥ ਤਿਲਸਣ ਲੱਗ ਜਾਣ ਅਤੇ ਇਸ ਜਗ੍ਹਾ ਤੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਸਨ ਅਤੇ ਸਿਪਾਹੀ ਦਾ ਖਾਤਮਾ ਹੋ ਜਾਂਦਾ ਸੀ। ਵਿੰਡੋ ਤੋਂ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਕੇਸਰ ਬਾਗ, ਜਿਹੜਾ ਆਪਾਂ ਅਮੇਰ ਫੋਰਟ ਦੇ ਵਿੱਚ ਦੇਖਿਆ ਸੀ। ਆਪਾਂ ਖੜ੍ਹੇ ਹਾਂ ਜੀ ਜੈਗੜ ਫੋਰਟ ਦੇ ਵਿੱਚ ਅਤੇ ਜਿਹੜੀ ਸੀ ਸਰਾਊਂਡਿੰਗ ਅਤੇ ਵੋਲ ਦੇਖ ਰਹੇ ਹੋ, ਇਹ 12 ਕਿਲੋਮੀਟਰ ਲੰਬੀ ਹੈ ਜੀ, ਜੋ ਕਿ ਅਮੇਰ ਫੋਰਟ ਅਤੇ ਜੈਗੜ ਫੋਰਟ ਨੂੰ ਕਵਰ ਕਰਦੀ ਹੈ ਜੀ। ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ। ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵੋਲ ਹੈ ਆ ਦੇਖੋ, ਇੱਕ ਲੇਅਰ, ਸੈਕਿੰਡ ਲੇਅਰ ਅਤੇ ਥਰਡ ਲੇਅਰ, ਤਿੰਨ ਲੇਅਰ ਦੇ ਨਾਲ ਇਹ ਵੋਲ ਬਣੀ ਹੋਈ ਹੈ। ਹਜ਼ਾਰਾਂ ਸਾਲ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਟੈਕਨੀਕ ਯੂਜ ਕੀਤੀ ਜਾਂਦੀ ਸੀ ਤਾਂ ਕਿ ਜਿਹੜਾ ਸਿਪਾਹੀ ਨੇ ਉਹਨਾਂ 'ਤੇ ਜੇ ਕੋਈ ਹਮਲਾ ਕਰੇ ਤਾਂ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਬਚਾਅ ਕਰਨਾ। ਅਤੇ ਇਹ ਵੋਲ ਦੀ ਤੁਸੀਂ ਥਿਕਨੈਸ ਅਤੇ ਮਜ਼ਬੂਤੀ ਦਾ ਅੰਦਾਜ਼ਾ ਲਗਾ ਸਕਦੇ ਹੋ, ਤਾਂ ਹੀ ਇਹ ਵੋਲਸ ਇੰਨੇ ਟਾਈਮ ਤੋਂ ਹਜ਼ਾਰਾਂ ਸਾਲ ਤੋਂ ਖੜੀਆਂ ਨੇ ਜੀ। ਇੱਕ ਤੁਸੀਂ ਉਰੇ ਇੱਕ ਚੀਜ਼ ਤੁਸੀਂ ਹੋਰ ਦੇਖੋ, ਜਿਹੜੀ ਨਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁਆਇੰਟ ਆ, ਜਿਹੜਾ ਉਰੇ ਬਾਰਿਸ਼ ਹੁੰਦੀ ਆ, ਮੀਂਹ ਪੈਂਦਾ ਆ, ਉਹਦਾ ਪਾਣੀ ਉਸ ਰਾਹੀਂ ਇਹਦੇ ਵਿੱਚ ਪੈਂਦਾ ਸੀਗਾ। ਇਸ ਜਗ੍ਹਾ ਪਾਣੀ ਸਟੋਰ ਹੋ ਜਾਂਦਾ ਸੀ, ਇਸ ਜਗ੍ਹਾ ਤੋਂ ਪਾਣੀ ਫਿਰ ਅੱਗੇ ਫਿਲਟਰ ਲੱਗੇ ਹੋਏ ਨੇ, ਪਾਣੀ ਅੱਗੇ ਚਲੇ ਜਾਂਦਾ ਸੀ। ਜਾਣੀ ਤਿੰਨ ਜਗ੍ਹਾ ਇਹ ਪਾਣੀ ਫਿਲਟਰ ਹੁੰਦਾ ਸੀ, ਫਿਲਟਰ ਹੋਣ ਤੋਂ ਬਾਅਦ ਜਾਣੀ ਸਾਲ ਪੂਰਾ ਇਹ ਬਰਸਾਤੀ ਪਾਣੀ ਪੀਤਾ ਜਾਂਦਾ ਸੀਗਾ। ਪਾਣੀ ਦੀ ਜਾਣੀ ਕਿੱਲਤ ਨੂੰ ਦੂਰ ਕਰਨ ਲਈ ਇਹ ਜਿਹੜੀਆਂ ਬੌਲੀਆਂ ਦਾ ਨਿਰਮਾਣ ਜਾਂ ਵਾਟਰ ਕੈਨਲਾਂ ਦਾ ਨਿਰਮਾਣ ਉਸ ਵੇਲੇ 1720 ਦੇ ਵਿੱਚ ਜੈ ਸਿੰਘ ਰਾਜਾ ਜੀ ਨੇ ਕੀਤਾ ਸੀਗਾ ਜੀ, ਇਹਨਾਂ ਦਾ ਨਿਰਮਾਣ। ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਉੱਚੀ ਸੋਚ ਰੱਖ ਕੇ ਜਾਂ ਹਨਾ ਉਸ ਸਮੇਂ ਕਿੰਨੀ ਪਲੈਨਿੰਗ ਦੇ ਨਾਲ ਇਹ ਕੰਮ ਹੋਏ ਹੋਏ ਨੇ। ਅਸੀਂ ਤੁਹਾਨੂੰ ਉਹ ਗੈਲਨ ਵੀ ਦਿਖਾਵਾਂਗੇ ਜਿਹਦੇ ਵਿੱਚ 500 ਸਾਲ ਤੱਕ ਪਾਣੀ ਖਤਮ ਹੀ ਨਹੀਂ ਹੁੰਦਾ ਸੀ। ਜੋ ਜੇ ਇੱਕ ਵਾਰ ਸਟੋਰ ਕੀਤਾ ਜਾਵੇ ਤਾਂ ਅਸੀਂ ਉਹਦੀ ਕਪੈਸਿਟੀ ਦਾ ਅੰਦਾਜ਼ਾ ਲਗਾ ਸਕਦੇ ਹਾਂ। ਆਪਾਂ ਉਹਨੂੰ ਵੀ ਜ਼ਰੂਰ ਦੇਖਾਂਗੇ, ਇਸ ਲਈ ਸਾਡੇ ਨਾਲ ਵੀਡੀਓ ਦੇ ਐਂਡ ਦੇ ਵਿੱਚ ਬਣੇ ਰਹੋ। ਬਹੁਤ ਹੀ ਵੱਡਾ ਗੈਲਨ ਬਣਿਆ ਹੋਇਆ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਤੱਕ ਬਣੇ ਰਹੋ ਜੀ। ਆਪਾਂ ਪੁਰਾਣੀ ਮੂਵੀਜ਼ 'ਚ ਦੇਖਿਆ ਕਿ ਸਨੀ ਦਿਓਲ ਜੀ ਜਿਹੜੇ ਐਕਟਰ ਨੇ, ਬਹੁਤ ਹੀ ਵਧੀਆ ਐਕਟਰ, ਉਹ ਇਹ ਪੱਥਰ ਤੋੜਦੇ ਹੁੰਦੇ ਨੇ ਜੇਲ੍ਹ ਦੇ ਟਾਈਮ ਦੇ ਵਿੱਚ, ਜਦੋਂ ਜੇਲ੍ਹ 'ਚ ਹੁੰਦੇ ਨੇ, ਤਾਂ ਉਹ ਸੀਨ ਵੀ ਇੱਥੇ ਹੀ ਸ਼ੂਟ ਹੋਏ ਹੋਏ ਨੇ ਇਸ ਜੈਗੜ ਫੋਰਟ ਦੇ ਵਿੱਚ। ਮੂਵੀ ਸੀਗੀ, ਸਨੀ ਦਿਓਲ ਜੀ ਨੇ ਸ਼ੂਟ ਕੀਤੀ ਸੀ, ਉਹਦੀ ਸ਼ੂਟਿੰਗ ਇਸ ਜਗ੍ਹਾ ਉੱਪਰ ਹੋਈ ਹੋਈ ਹੈ। ਜੇਕਰ ਤੁਸੀਂ ਉਹ ਮੂਵੀ ਨਹੀਂ ਦੇਖੀ ਤਾਂ ਮੂਵੀ ਜ਼ਰੂਰ ਦੇਖਿਓ ਜੀ।
ਤੁਹਾਨੂੰ ਕਾਫੀ ਮਜ਼ਾ ਆਏਗਾ। ਜੈ ਸਿੰਘ ਜੀ ਰਾਜਾ ਨੇ ਜੇ ਯਹਾਂ ਸੇ ਜੈਪੁਰ ਸੇ ਯਹਾਂ ਸੇ 9 ਕਮਰੋ ਚ ਖਜ਼ਾਨਾ ਨਿਕਾਲ ਕੇ ਜੈਪੁਰ ਸ਼ਹਿਰ ਸ਼ਿਫਟ ਹੋਏ, ਪਹਿਲੇ ਆਮੇਰ ਮੇਂ ਥੇ ਉਸਕੇ ਬਾਅਦ ਜੈਪੁਰ ਸ਼ਿਫਟ ਹੋਏ। ਜੈਪੁਰ ਸ਼ਿਫਟ ਜੋ ਪਿੰਕ ਸਿਟੀ ਬਣਾਇਆ ਨਾ ਜੈ ਸਿੰਘ ਜੀ ਨੇ ਬਣਾਇਆ, ਉਸਕੇ ਬਾਅਦ ਮੇਂ ਸੇ ਪ੍ਰਤਾਪ ਸਿੰਘ ਜੀ ਰਾਜਾ ਥੇ ਤੋ ਉਹ ਸਾਹਮਣੇ ਸਮਰ ਪੈਲੇਸ ਬਣਾਈ ਗਈ। ਸਮਰ ਪੈਲੇਸ ਯਾਨੀ ਕਿ ਉਸ ਜ਼ਮਾਨੇ ਮੇਂ ਸਮਰ ਪੈਲੇਸ ਯੇ ਖੁਦ ਬਣਾਏ ਇਹਨਾਂ ਨੇ, ਜੋ ਪਹਿਲੇ ਮਹਿਲ ਬਣਾਇਆ ਗਿਆ, ਫਿਰ ਉਸਕੇ ਬਾਅਦ ਮੇਂ ਡੈਮ ਰੋਕਾ ਗਿਆ, ਡੈਮ ਰੋਕ ਕੇ ਪਾਣੀ ਕੋ ਰੋਕਾ, ਪਾਣੀ ਕੋ ਰੋਕਣੇ ਕੇ ਬਾਅਦ ਸੇ ਜੰਗਲੀ ਜਾਨਵਰੋਂ ਕੋ ਪਾਣੀ ਪੀਣੇ ਕੀ ਵਿਵਸਥਾ, ਪਾਣੀ ਜੰਗਲੀ ਜਾਨਵਰੋਂ ਕੀ ਪਾਣੀ ਵਿਵਸਥਾ ਨਹੀਂ ਥੀ, ਅਰਾਵਲੀ ਪਰਵਤ ਦੇਖ ਲਓ ਚਾਰੋਂ ਤਰਫ ਸੇ ਤੋ ਪਾਣੀ ਪੀਣੇ ਕੀ ਵਿਵਸਥਾ ਨਹੀਂ ਥੀ ਵਹਾਂ ਪੇ। ਤੋ ਉਹਨਾਂ ਨੇ ਕਿਆ ਕਿਹਾ ਸਰ ਯਹਾਂ ਪੇ ਡੈਮ ਵੀ ਬਣਾਇਆ ਜੋ ਸਮਰ ਪੈਲੇਸ ਵੀ ਬਣਾਈ, ਉਹ ਦੋਨੋਂ ਉਨਕੇ ਖੁਦ ਕੇ ਕੰਮ ਜਿਸ ਗਰਮੀ ਸੇ ਬਚਨੇ ਕੇ ਲਈ ਰਾਜਾ। ਆਓ ਦੇਖਦੇ ਹਾਂ ਜੀ ਹੁਣ ਤੋਪ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਹੈ ਜੀ। ਜਿਹੜੀ ਆਪਾਂ ਜੈਵਾਨ ਤੋਪ ਨੇੜੇ ਤੋਂ ਦੇਖਾਂਗੇ, ਉਹਨੂੰ ਇਸ ਜਗ੍ਹਾ ਉੱਪਰ ਲਿਆ ਕੇ ਅਸੈਂਬਲ ਕੀਤਾ ਗਿਆ ਸੀ ਜੀ ਹਾਥੀਆਂ ਦੀ ਮਦਦ ਨਾਲ। ਇੰਨੀ ਉੱਪਰ ਤੱਕ ਪਾਰਟ ਨੂੰ ਲਿਆਂਦਾ ਗਿਆ ਸੀ, ਜਿਹੜੇ ਵੀ ਪਾਰਟ ਸੀਗੇ ਉਹਨਾਂ ਨੂੰ ਫਿਰ ਇਸ ਜਗ੍ਹਾ ਉੱਪਰ ਅਸੈਂਬਲ ਕੀਤਾ ਗਿਆ ਸੀ। ਇਹ 250 ਕੁਇੰਟਲ ਦੀ ਤੋਪ ਹੈ ਜੀ, ਜੈਵਾਨ ਤੋਪ ਨਾਮ ਤੁਸੀਂ ਪੜ੍ਹ ਸਕਦੇ ਹੋ ਜੀ। ਬਹੁਤ ਵੱਡੀ ਤੋਪ ਹੈ ਜੀ ਇਹ, ਇੱਕ ਵਾਰ ਹੀ ਮਹਾਰਾਜਾ ਸਿੰਘ ਨੇ ਇਸ ਨੂੰ ਚਲਾਇਆ ਸੀ। ਆਪਾਂ ਜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਦੇਖ ਸਕਦੇ ਹਾਂ। ਇਸ ਨੂੰ 1720 ਦੇ ਵਿੱਚ ਮਹਾਰਾਜਾ ਜੈ ਸਿੰਘ ਜੀ ਨੇ ਇੱਕ ਵਾਰ ਹੀ ਚਲਾਇਆ ਸੀ ਫੋਰ ਟੈਸਟਿੰਗ। ਤੁਸੀਂ ਇਸ ਦੇ ਉੱਪਰ ਦੋ ਬਰਡਸ ਦੇਖ ਸਕਦੇ ਹੋ, ਇਹ ਸਾਰੇ ਅਸ਼ਟ ਧਾਤੂ ਦੀ ਬਣੀ ਹੋਈ ਹੈ ਅਤੇ ਬਰਡਸ ਦੇ ਵਿੱਚ ਜਿਹੜਾ ਹੋਲ ਹੈ ਇਸ ਦੇ ਵਿੱਚ ਬੱਤੀ ਲਗਾਈ ਜਾਂਦੀ ਸੀ, 20 ਫੁੱਟ ਦੀ ਬੱਤੀ ਹੁੰਦੀ ਸੀ ਕਾਟਨ ਦੀ ਬਣੀ ਹੋਈ ਅਤੇ ਜਿਹੜਾ ਵੀ ਮਤਲਬ ਇਸ ਨੂੰ ਚਲਾਉਂਦਾ ਸੀ, ਜੋ ਵੀ ਵਿਅਕਤੀ ਇਸ ਨੂੰ ਚਲਾਉਂਦਾ ਸੀ ਆਪਣੇ ਬਚਾਅ ਲਈ, ਜਿਹੜਾ ਤੁਹਾਨੂੰ ਪਿੱਛੇ ਜਗ੍ਹਾ ਦਿਖਾਈ ਹੈ ਜਿਹਦੇ ਵਿੱਚ ਪਾਣੀ ਗਿਰਦਾ ਸੀ ਉਸ 'ਚ ਕੁੱਦ ਜਾਂਦਾ ਸੀ ਤਾਂ ਕਿ ਉਹਦਾ ਆਪਣਾ ਬਚਾਅ ਹੋ ਸਕੇ, ਪਰ ਇਸ ਦੀ ਆਵਾਜ਼ ਹੀ ਇੰਨੀ ਹੁੰਦੀ ਸੀ ਕਿ ਜਿਹੜਾ ਬੰਦਾ ਸੀ ਉਹਦਾ ਜਿਹੜੇ ਕੰਨ ਦੇ ਪਰਦੇ ਸੀ ਉਹ ਫੜ ਜਾਂਦੇ ਸਨ ਅਤੇ ਦਿਲ ਮਤਲਬ ਕੰਮ ਕਰਨਾ ਘੱਟ ਕਰ ਦਿੰਦਾ ਸੀ ਅਤੇ 4 ਦਿਨ ਬਾਅਦ ਹੀ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਸੀ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਿਸ਼ਾਲ ਤੋਪ ਹੈ ਜੀ ਇਹ। ਇਸ ਤੋਪ ਦੀ ਜਿਹੜੀ ਆਪਣਾ ਡਿਸਟੈਂਸ ਕਹੀ ਹੈ, ਇਹਦੇ ਵਿੱਚ 50 ਕਿਲੋ ਦਾ ਜਿਹੜਾ ਗੋਲਾ ਲੱਗਦਾ ਅਤੇ 100 ਕਿਲੋ ਬਾਰੂਦ ਲੱਗਦਾ ਇਸ ਨੂੰ ਚਲਾਉਣ ਦੇ ਲਈ। ਅਤੇ ਮਹਾਰਾਜ ਜੈ ਸਿੰਘ ਨੇ ਇੱਕ ਵਾਰੀ ਚਲਾਇਆ ਸੀ ਇਸ ਨੂੰ 1720 ਦੇ ਵਿੱਚ ਅਤੇ ਇਸ ਦਾ ਗੋਲਾ 35 ਕਿਲੋਮੀਟਰ ਅੱਗੇ ਚੌਕੀ ਧਾਨੀ ਦੇ ਕੋਲ ਇੱਕ ਤਲਾਬ ਬਣ ਗਿਆ ਜੋ ਕਿ ਮਹਾਰਾਜਾ ਜੈ ਸਿੰਘ ਨੇ ਮੋਡੀਫਾਈ ਕਰਵਾਤਾ ਸੀ। ਉਸ ਜਗ੍ਹਾ 'ਤੇ ਗੋਲਾ ਡਿੱਗਿਆ ਅਤੇ ਡਿੱਗਣ ਨਾਲ ਬਹੁਤ ਹੀ ਵੱਡਾ ਉਹਦੇ ਗੱਡਾ ਹੋ ਗਿਆ, ਗੱਡੇ ਦੇ ਵਿੱਚ ਮਹਾਰਾਜਾ ਜੈ ਸਿੰਘ ਨੇ ਤਲਾਬ ਦਾ ਨਿਰਮਾਣ ਕਰਵਾ ਦਿੱਤਾ ਸੀ ਜੀ। ਜੇਕਰ ਤੁਸੀਂ ਉਹ ਵੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਜੀ, ਇਸ ਜਗ੍ਹਾ ਨੂੰ ਜ਼ਰੂਰ ਵਿਜ਼ਿਟ ਕਰਿਓ ਤਾਂ ਕਿ ਤੁਹਾਨੂੰ ਕਾਫੀ ਹਿਸਟਰੀ ਦਾ ਪਤਾ ਲੱਗ ਸਕੇ। ਜਿਹੜੀ ਆਪਾਂ ਤੋਪ ਦੇਖ ਸਕਦੇ ਹਾਂ, ਜਿਹੜੇ ਪ੍ਰੈਜ਼ੈਂਟ ਟਾਈਮ ਦੇ 41ਵੀਂ ਪੀੜ੍ਹੀ ਦੇ ਰਾਜਾ ਨੇ, ਉਹ ਹਰ ਸਾਲ ਦੁਸ਼ਹਿਰੇ ਅਤੇ ਵਿਜੇ ਦਸ਼ਮੀ ਦੇ ਦਿਨ ਇਸ ਜਗ੍ਹਾ ਆਉਂਦੇ ਨੇ, ਇਸ ਤੋਪ ਦੀ ਪੂਜਾ ਕਰਦੇ ਨੇ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੀ ਸਾਈਜ਼ ਦੀ ਤੋਪ ਹੈ ਜੀ, 250 ਟਨ ਇਹਦਾ ਵਜ਼ਨ ਹੈ। ਇਸ ਉੱਪਰ ਤੁਸੀਂ ਸਾਰੀ ਮੀਨਾਕਾਰੀ ਦੇਖ ਸਕਦੇ ਹੋ।
ਇਸ ਉੱਪਰ ਜੀ ਤੁਸੀਂ ਦੇਖ ਸਕਦੇ ਹੋ ਐਲੀਫੈਂਟ ਬਣਿਆ ਹੋਇਆ। ਆਪਾਂ ਸਾਹਮਣੇ ਦੇਖ ਸਕਦੇ ਹਾਂ ਜੀ ਕੈਨਲ, ਜਿਸ ਰਾਹੀਂ ਜਿਹੜਾ ਜੰਗਲਾਂ ਦਾ ਪਾਣੀ ਹੁੰਦਾ ਸੀ ਉਹ ਇਸ ਕਿਲ੍ਹੇ ਦੇ ਵਿੱਚ ਐਂਟਰ ਕਰਦਾ ਸੀ। ਇਹ 5 ਕਿਲੋਮੀਟਰ ਲੰਬੀ ਹੈ ਜੀ, ਅੱਗੇ ਜਾ ਕੇ ਇਹ 1 ਕਿਲੋਮੀਟਰ ਹੋਰ ਚੌੜੀ ਹੋ ਜਾਂਦੀ ਹੈ। ਇੱਥੋਂ ਤਾਂ ਆਪਾਂ ਨੂੰ ਲੱਗ ਰਹੀ ਹੈ ਘੱਟ, ਪਰ ਜਿਹੜਾ ਆਪਾਂ ਪਹਿਲਾਂ ਉਹ ਦੇਖ ਕੇ ਆਏ ਹਾਂ, ਕੈਨਲ ਦੇਖ ਕੇ ਆਏ ਹਾਂ, ਬਹੁਤ ਵੱਡਾ ਰਿਜ਼ਰਵਾਇਰ ਸੀ ਜਿੱਥੇ ਪੱਥਰਾਂ 'ਤੇ ਤੋੜਨ ਦੀ ਸ਼ੂਟਿੰਗ ਹੁੰਦੀ ਸੀ। ਉਸ ਵਿੱਚ ਇਹਦਾ ਸਾਰਾ ਪਾਣੀ ਜਾਂਦਾ ਸੀ। ਪਹਿਲੀ ਬਰਸਾਤ ਹੁੰਦੀ ਸੀ ਤਾਂ ਉਹਦਾ ਸਾਰਾ ਜਿਹੜਾ ਗੰਦਾ ਪਾਣੀ ਹੁੰਦਾ ਸੀ ਉਹ ਵੱਡੇ ਉਹਦੇ ਟੈਂਕ ਦੇ ਵਿੱਚ ਚਲਾ ਜਾਂਦਾ ਸੀ ਜੀ। ਤੁਸੀਂ ਜਿਹੜਾ ਸਾਹਮਣੇ ਜਗ੍ਹਾ ਦੇਖ ਸਕਦੇ ਹੋ ਇਹ ਆਰਮੀ ਦਾ ਏਅਰਪੋਰਟ ਹੈ ਅਤੇ ਇਹਦਾ ਹੈੱਡ ਆਫਿਸ ਜਲ ਮਹਿਲ ਦੇ ਵਿੱਚ ਹੈ ਜੀ। ਸਾਹਮਣੇ ਆਪਾਂ ਸ਼ਿਲਪ ਸੰਗ੍ਰਹਾਲੇ ਦੇਖ ਸਕਦੇ ਹਾਂ ਜੀ, ਜਿਹਦੇ ਵਿੱਚ ਜੋ ਵੀ ਵਿਅਕਤੀ ਕੰਮ ਕਰਦੇ ਨੇ, ਜਿਹਨਾਂ ਰੁਜ਼ਗਾਰ ਚੱਲਦਾ, ਉਹ ਮਹਾਰਾਜਾ ਜੀ ਨੇ ਹੀ ਕਰਵਾਇਆ ਸੀ। ਅਤੇ ਜਿਹੜੀ ਆਪਾਂ 150 ਰੁਪਏ ਦੇ ਇੱਥੋਂ ਅਡਲਟ ਦੇ ਲਈ ਟਿਕਟ ਲੈਂਦੇ ਹਾਂ ਉਹਦੇ 50 ਰੁਪਏ ਇਹਨਾਂ ਨੂੰ ਦਿੱਤੇ ਜਾਂਦੇ ਨੇ ਤਾਂ ਕਿ ਇਹਨਾਂ ਦੀ ਰੋਜ਼ੀ ਰੋਟੀ ਚੱਲ ਸਕੇ। ਅਤੇ ਜਿਹੜਾ ਆਪਾਂ ਸਾਹਮਣੇ ਗੰਦਾ ਪਾਣੀ ਦੇਖ ਸਕਦੇ ਹਾਂ, ਆਪਾਂ ਲੱਗਦਾ ਹੋਵੇਗਾ ਕਿ ਇਹ ਚੀਜ਼ ਬੰਦ ਹੋ ਚੁੱਕੀ ਹੈ, ਪਰ ਹਲੇ ਵੀ ਜਿਹੜੀ ਵਾਟਰ ਪਿਓਰੀਫਿਕੇਸ਼ਨ ਹੈ ਰੇਨ ਵਾਟਰ ਦੀ, ਉਹ ਹਲੇ ਵੀ ਇਸ ਟਾਈਮ ਪ੍ਰੋਪਰਲੀ ਵਰਕ ਕਰਦੀ ਹੈ ਜੀ, ਚੱਲਦੀ ਹੈ। ਆਪਾਂ ਵੱਡਾ ਖੇਤਰ ਦੇਖ ਰਹੇ ਹਾਂ, ਇਹਦੇ ਵਿੱਚ ਤੋਪ ਚਲਾਈ ਜਾਂਦੀ ਸੀ ਅਤੇ ਤੁਸੀਂ ਆਹ ਛੋਟਾ ਹੋਲ ਦੇਖ ਸਕਦੇ ਹੋ ਜਿੱਥੋਂ ਆਪਾਂ ਨੂੰ ਜੈਗੜ ਫੋਰਟ ਦੀ ਜਿਹੜੀ ਵਾਲ ਹੈ ਉਹ ਦਿਖ ਸਕਦੀ ਹੈ। ਇਸ ਜਗ੍ਹਾ ਨੂੰ ਇਸ ਕਰਕੇ ਬਣਾਇਆ ਗਿਆ ਸੀ ਤਾਂ ਕਿ ਜੈਗੜ ਫੋਰਟ ਦੇ ਵਿੱਚ ਅਗਰ ਕੋਈ ਵੀ ਦੁਸ਼ਮਣ ਆਵੇ ਤਾਂ ਉਹਨੂੰ ਇੱਥੋਂ ਹੀ ਗੋਲੀਆਂ ਮਾਰ ਕੇ ਖਤਮ ਕੀਤਾ ਜਾ ਸਕੇ। ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਉਸ ਮੌਤ ਦੇ ਖੂਹ ਨੂੰ ਦੇਖਾਂਗੇ ਜਿੱਥੇ ਕੈਦੀ ਨੂੰ ਫਾਂਸੀ ਲਗਾਈ ਜਾਂਦੀ ਸੀ। ਆਪਾਂ ਉਹ ਸਥਾਨ ਦੇਖਾਂਗੇ ਜਿੱਥੋਂ ਖਜ਼ਾਨਾ ਕੱਢ ਕੇ ਮਹਾਰਾਜਾ ਸਵਾਈ ਜੈ ਸਿੰਘ ਜੀ ਨੇ ਜੈਪੁਰ ਸ਼ਹਿਰ ਵਸਾਇਆ ਸੀ ਅਤੇ ਜੈਵੰਤ ਤੋਪ ਦੇ ਗੋਲੇ ਨੂੰ ਦੇਖਾਂਗੇ ਜਿਹੜਾ ਉਸ ਵਿੱਚ ਭਰ ਕੇ ਚਲਾਇਆ ਜਾਂਦਾ ਸੀ। ਇਸ ਲਈ ਸਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ। ਤਦ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।